कनैक्ट एफ एम कैनेडा दे विच तुहाडा स्वागत है। मैं मनप्रीत रंधावा। अज 16 जून आ ते अज आम आदमी पार्टी की पंजाब दे विच सरकार बनी नूं पूरे 15 महीने हो गए आ, क्योंकि 16 मार्च नूं भगवंत मान ने संविधान की सहुं चुक के बतौर वो मुख्यमंत्री बने सी। ते उस तों बाद इसे पार्टी के करता धरता, इसे पार्टी के नैशनल कन्वीनर ते दिल्ली के मुख्यमंत्री अरविंद केजरीवाल पंजाब आउंदे ने ते आ के लोगों की तारीफ करते हैं, उन्हां दी शलाघा करते हैं, तो उन्होंने कहिंदे आ कहिंदे तुसी कमाल करती, तुसी कोई विधायक नहीं चुने, तुसी कोई MLA नहीं चुने, तुसी तां नायाब हीरे लभ लभ के चुने आ, 92 हीरे तुसी चुने आ। ते इन्हां 15 महीनों के दौरान असीं देखांगे कि इन्हां हीरियां ने किन्नियां क चमका मारियां। कोई वाइट डायमंड सी, कोई रैड सी, कोई ब्लू सी, कोई येलो सी, ते कोई सॉलिटेयर सी। ते इन्हां हीरियां दी चमक दे विच ताज़ा तरीन उदाहरण आ सरबजीत कौर माणूके दी। जगराऊं तो वह दूसरी वारी MLA बनते ने, पर पिछले दिनों दे विच विवादां च फस जाते हैं। जदों जिस घर दे विच रह रहे हुंदे आ किराए ते, उत्थे आ के NRI परिवार, नॉन रेजिडेंट इंडियन परिवार आ के कहिंदा कि इह तां घर साडा खाली करो। शुरू च सरबजीत कौर माणूके पूरी तरह इस चीज़ नूं नकार दिंदे ने, बल्कि इहदा विरोध करदे ने, कहिंदे असीं तां तुहाडे तों घर लिया ही नहीं। बाद दे विच जदों लोकां दा प्रैशर पैंदा ते फिर बीते कल चाबियां दे दिंदे ने। ते चाबियां दिंदे किहनूं आ? करम सिंह सिद्धू नूं, अपने खासम खास नूं, इहनां तों तां घर लिया सी। ते इसे दा तां डिस्प्यूट आ, क्योंकि NRI परिवार दा कहना कि जिहड़े इन मुख्तारनामे बनवाए ने, जिहड़े पावर ऑफ अटॉर्नी बनाई आ, ਇਹਦੇ ਵਿੱਚ ਜਿਹੜੇ ਦਸਤਖਤ ਨੇ, ਜਿਹੜੇ ਸਿਗਨੇਚਰਸ ਨੇ, ਉਹ ਤਾਂ ਜਾਲੀ ਆ, ਉਹ ਤਾਂ ਫੋਰਜਡ ਆ, ਸਾਡੇ ਤੋਂ ਹੈ ਹੀ ਨਹੀਂ। ਇਸ ਤੋਂ ਬਾਅਦ ਇਹੀ NRI ਪਰਿਵਾਰ ਹੁਣ ਪੰਜਾਬ ਅਤੇ ਹਰਿਆਣਾ ਚੰਡੀਗੜ੍ਹ ਦੇ ਕੋਰਟ ਦੇ ਵਿੱਚ ਵਕੀਲ ਲੱਭਦਾ ਫਿਰਦਾ, ਤਾਂ ਕਿ ਉਹਨਾਂ ਦਾ ਕੋਈ ਕੇਸ ਲੜ ਸਕੇ। ਅਤੇ ਸ਼ਾਇਦ ਕਿਤੇ ਨਾ ਕਿਤੇ ਸਰਬਜੀਤ ਕੌਰ ਮਾਣੂਕੇ ਜਾਂ ਉਹਨਾਂ ਦੇ ਸਮਰਥਕ ਇਹੀ ਤਾਂ ਚਾਹੁੰਦੇ ਸੀ ਕਿ ਇਹ ਪ੍ਰੋਪਰਟੀ ਜੇ ਉਹ ਨਾ ਰਹਿ ਸਕੇ ਤਾਂ ਕੋਈ ਹੋਰ ਵੀ ਨਾ ਰਹਿ ਸਕੇ। ਔਰ ਇਹ ਵੀ ਲੱਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਉਹਨਾਂ ਦੇ ਦੋਸ਼ ਲੱਗੇ, ਜਿਸ ਤਰ੍ਹਾਂ ਦੀ ਐਮਬੈਰਸਮੈਂਟ ਹੋਈ, ਇਹ ਤਾਂ ਬਹੁਤ ਸੀ। ਪਰ ਇੱਕ ਗੱਲ ਜ਼ਰੂਰ ਆ ਕਿ ਸਰਕਾਰ ਨੇ ਇਸ ਦੌਰਾਨ ਇਸ ਪਰਿਵਾਰ ਦੀ, NRI ਪਰਿਵਾਰ ਦੀ ਬਾਹ ਨਹੀਂ ਫੜੀ। ਤੁਸੀਂ ਦੇਖੋ, ਸੰਨ 2004 ਦੇ ਵਿੱਚ ਇਹ ਘਰ, ਇੱਕ ਕਨਾਲ ਅਤੇ 5 ਮਰਲੇ ਦਾ ਘਰ ਅਮਰਜੀਤ ਕੌਰ ਨੇ ਖਰੀਦਿਆ ਸੀ। ਇਸੇ ਦੌਰਾਨ 2 ਵਾਰੀ ਕਾਂਗਰਸ ਦੀ ਸਰਕਾਰ ਪੰਜਾਬ 'ਚ ਰਹਿ ਗਈ ਅਤੇ 10 ਸਾਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹਿ ਗਈ। ਪਰ ਕਿਸੇ MLA ਨੇ, ਕਿਸੇ ਮੰਤਰੀ ਨੇ, ਕਿਸੇ ਵੀ ਅਸਰ ਰਸੂਖਦਾਰ ਵਿਅਕਤੀ ਨੇ, ਜੋ ਇਹਨਾਂ ਸਰਕਾਰਾਂ ਦੇ ਨੇੜੇ ਵੀ ਹੋਣਗੇ, ਉਹਨਾਂ ਨੇ ਇਸ ਘਰ ਨੂੰ ਹੱਥ ਨਹੀਂ ਲਾਇਆ। ਪਰ ਜਿੱਦਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਅਤੇ ਆ ਕੇ ਇਹ ਚਾਰਜ ਸੰਭਾਲਦੀ ਆ, ਪੰਜਾਬ ਦੇ ਵਿੱਚ ਸੱਤਾ ਸੰਭਾਲਦੀ ਆ, ਅਤੇ ਫਿਰ ਇਸ ਘਰ ਦੀਆਂ ਖਬਰਾਂ ਆਉਂਦੀਆਂ ਨੇ। ਉਹ ਪਾਰਟੀ ਜਿਹੜੀ ਇਹ ਦਾਅਵੇ ਕਰਦੀ ਸੀ ਕਿ ਸਭ ਤੋਂ ਜ਼ਿਆਦਾ ਜੇ ਕੋਈ ਸਮਰਥਨ NRIs ਦਾ ਕਰਦਾ, ਉਹ ਤਾਂ ਅਸੀਂ ਕਰਦੇ ਹਾਂ, ਅਤੇ ਹੁਣ ਇਹ ਗੱਲ ਬਿਲਕੁਲ ਉਲਟ ਹੁੰਦੀ ਜਾਪਦੀ ਆ। ਇਸ ਬਾਰੇ ਮੈਂ ਤੁਹਾਨੂੰ ਤਮਾਮ ਜਾਣਕਾਰੀ ਦਊਂਗਾ, ਅਤੇ ਅਖੀਰ 'ਤੇ ਆਪਾਂ ਗੱਲ ਕਰਾਂਗੇ ਉਸ ਦੀ, ਉਸ ਹੋਪਰਸ ਬਾਰ ਐਂਡ ਰੈਸਟੋਰੈਂਟ ਦੀ, ਅੰਮ੍ਰਿਤਸਰ ਰਣਜੀਤ ਐਵਨਿਊ ਦੇ ਵਿੱਚ ਜੋ ਇਹ ਬਾਰ ਐਂਡ ਰੈਸਟੋਰੈਂਟ ਆ। 2 ਭਰਾ ਚਲਾ ਰਹੇ ਨੇ, ਇੱਕ ਰਾਜਨਵੀਰ ਸਿੰਘ ਵੜੈਚ ਅਤੇ ਉਹਦਾ ਛੋਟਾ ਭਰਾ ਡਾਕਟਰ ਮਨਜੋਤ ਸਿੰਘ, ਜੋ ਇਸ ਟਾਈਮ 20 ਭੱਜੇ ਹੋਏ ਨੇ। ਆਖਿਰਕਾਰ ਇਹਨਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਆ। ਇਹ ਗੱਲ ਇਹਨਾਂ ਦੇ ਵਕੀਲ ਨੇ, ਅਨਮੋਲ ਰਤਨ ਸਿੰਘ ਸਿੱਧੂ, ਜੋ ਸਾਬਕਾ ਪੰਜਾਬ ਦੇ ਐਡਵੋਕੇਟ ਜਨਰਲ ਵੀ ਨੇ, ਉਹਨਾਂ ਨੇ ਸਾਨੂੰ ਦੱਸੀ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਹਨਾਂ ਨੂੰ ਅੰਤਰਿਮ ਜਾਂ ਇੰਟੈਰਿਮ ਰਿਲੀਫ ਦੇ ਦਿੱਤਾ। ਪਿਛਲੇ 15 ਮਹੀਨਿਆਂ ਦੇ ਦੌਰਾਨ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਆਈ ਆ, ਜਿਹੜੇ ਅਰਵਿੰਦ ਕੇਜਰੀਵਾਲ ਦੇ ਨਾਇਬ ਹੀਰੇ ਨੇ, ਜਿਹੜੇ ਉਹ ਕਹਿੰਦੇ ਤੁਸੀਂ ਤਾਂ ਹੀਰੇ ਹੋ, ਤੁਸੀਂ MLA ਨਹੀਂ ਹੋ, ਉਹਨਾਂ ਨੇ ਜਿਹੜਾ ਇਹਨਾਂ 15 ਮਹੀਨਿਆਂ ਦੇ ਵਿੱਚ ਚਮਕਾਂ ਮਾਰੀਆਂ, ਉਹਨਾਂ ਦੇ ਵਿੱਚ ਸਭ ਤੋਂ ਉੱਤੇ ਨਾਮ ਆਉਂਦਾ ਡਾਕਟਰ ਵਿਜੇ ਸਿੰਗਲਾ ਦਾ, ਜਿਹੜੇ ਪਹਿਲਾਂ ਇਹਨਾਂ ਦੇ ਹੈਲਥ ਮਿਨਿਸਟਰ ਵੀ ਬਣੇ ਆ, ਸਿਹਤ ਮੰਤਰੀ ਬਣੇ ਆ। ਉਹ ਪਹਿਲੇ ਉਹ ਮੰਤਰੀ ਸੀ ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਕਹਿਤਾ ਕਿ ਇਹ ਕਰਪਸ਼ਨ ਕਰ ਰਹੇ ਸੀ, ਇਸ ਕਰਕੇ ਉਹਨਾਂ ਦੀ ਗ੍ਰਿਫਤਾਰੀ ਵੀ ਹੁੰਦੀ ਹੈ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਕੈਬਨਿਟ ਦੇ ਵਿੱਚੋਂ ਵੀ ਲਾਹ ਦਿੱਤਾ ਜਾਂਦਾ। ਪਰ ਉਹ ਹੀਰੇ ਅੱਜ ਵੀ ਆਮ ਆਦਮੀ ਪਾਰਟੀ ਦੇ ਵਿੱਚ ਮੌਜੂਦ ਨੇ, ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਦੇ ਵਿੱਚ ਪੂਰਾ ਹਿੱਸਾ ਲੈਂਦੇ ਨੇ। ਦੂਸਰੇ
ਫੌਜਾ ਸਿੰਘ ਸਰਾਰੀ ਉਹ ਵੀ ਹੀਰੇ ਨੇ, ਉਹ ਵੀ ਉਦੋਂ ਚਮਕਾਂ ਮਾਰੀਆਂ ਜਦੋਂ ਉਹਨਾਂ ਦੀ ਇੱਕ ਆਡੀਓ ਕਲਿੱਪ ਆਉਂਦੀ ਆ ਉਹਨਾਂ ਦੇ ਇੱਕ ਪੀਏ ਤਰਸੇਮ ਲਾਲ ਕਪੂਰ ਦੇ ਨਾਲ। ਤੁਸੀਂ ਯਾਦ ਕਰੋ, ਪਹਿਲਾਂ ਤਾਂ ਇਹ ਸਰਕਾਰ ਮੰਨਦੀ ਨਹੀਂ ਕਿਉਂਕਿ ਹੀਰੇ ਆ ਨਾ, ਹੌਲੀ ਹੌਲੀ ਜਦੋਂ ਦਬਾਅ ਪੈਂਦਾ ਵਿਰੋਧੀ ਪਾਰਟੀਆਂ ਦਾ ਤਾਂ ਫਿਰ ਇਸ ਹੀਰੇ ਨੂੰ ਵੀ ਕੈਬਨਿਟ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਜਾਂਦਾ। ਅਗਲੇ ਹੀਰੇ ਨੇ ਚੇਤਨ ਸਿੰਘ ਜੋੜਾ ਮਾਜਰਾ, ਇਹ ਵੀ ਹੈਲਥ ਮਿਨਿਸਟਰ ਬਣਦੇ ਨੇ। ਅਤੇ ਇਹ ਯਾਦ ਕਰੋ ਜਦੋਂ ਇਹਨਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ, ਇਸ ਦੇ VC ਰਾਜ ਬਹਾਦਰ ਨੂੰ ਕਿਸ ਤਰ੍ਹਾਂ ਮੰਜੇ 'ਤੇ ਪਾ ਲਿਆ ਸੀ ਅਤੇ ਸਰਕਾਰ ਨੂੰ ਕਿੰਨੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਈਵਨ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਵਾਈਸ ਚਾਂਸਲਰ ਦੀਆਂ ਮਿੰਨਤਾਂ ਕੀਤੀਆਂ ਸੀ ਕਿ ਤੁਸੀਂ ਛੱਡੋ ਨਾ, ਪਰ ਇਹ ਵਾਈਸ ਚਾਂਸਲਰ ਮੰਨੇ ਨਹੀਂ ਸੀ। ਇਹ ਉਹ ਹੀਰੇ ਆ। ਅਗਲੇ ਹੀਰੇ ਨੇ ਸ਼ੀਤਲ ਅੰਗੁਰਾਲ, ਇਹ ਜਲੰਧਰ ਦੇ MLA ਆ। ਡੈਪਟੀ ਕਮਿਸ਼ਨਰ ਆਫਿਸ ਦੇ ਵਿੱਚ ਜਾ ਕੇ ਜਲੰਧਰ ਦੇ ਵਿੱਚ ਜੋ ਉਤਪਾਤ ਇਹਨਾਂ ਨੇ ਮਚਾਇਆ ਸੀ ਅਤੇ ਬਾਅਦ ਦੇ ਵਿੱਚ ਸਾਰੇ ਕਰਮਚਾਰੀਆਂ ਨੂੰ ਬੁਲਾ ਕੇ ਉਹਨਾਂ ਤੋਂ ਇਹਨਾਂ ਨੂੰ ਮਾਫ਼ੀ ਮੰਗਣੀ ਪਈ ਸੀ, ਇਸ ਹੀਰੇ ਨੂੰ ਵੀ ਯਾਦ ਕਰ ਲਓ। ਅਗਲੇ ਇਹਨਾਂ ਦੇ ਹੀਰੇ ਆ ਰਮਨ ਅਰੋੜਾ, ਇਹ ਵੀ ਜਲੰਧਰ ਤੋਂ ਆ। ਇਹਨਾਂ ਨੇ ਤਾਂ ਬਲਕਿ ਉੱਥੋਂ ਦੇ ਇੱਕ DCP ਹੁੰਦੇ ਸੀ ਨਰੇਸ਼ ਡੋਗਰਾ, ਉਹਨਾਂ ਦੇ ਨਾਲ ਅੱਧੀ ਰਾਤ ਨੂੰ ਹੱਥੋਂ ਪਾਈ ਹੋ ਗਏ। ਬਾਅਦ ਦੇ ਵਿੱਚ ਸਿਵਲ ਹੌਸਪੀਟਲ ਦੇ ਵਿੱਚ ਜਾ ਕੇ ਇਹਨਾਂ ਨੇ ਜੋ ਉਤਪਾਤ ਮਚਾਇਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਸਿਵਲ ਹੌਸਪੀਟਲ ਦੇ ਡਾਕਟਰ ਜਲੰਧਰ ਦੇ, ਉਹ ਤੁਹਾਨੂੰ ਯਾਦ ਹੋਣਾ ਉਹ ਤਾਂ ਸਟ੍ਰਾਈਕ 'ਤੇ ਚਲੇ ਗਏ ਸੀ। ਬਾਅਦ ਦੇ ਵਿੱਚ ਇਹਨਾਂ ਨੇ ਮਿੰਨਤਾਂ ਮੁੰਨਤਾਂ ਕਰਕੇ ਉਹਨਾਂ ਤੋਂ ਮਾਫ਼ੀ ਮੰਗੀ। ਇਸ ਤੋਂ ਬਾਅਦ ਇਹਨਾਂ ਦੇ ਇੱਕ ਹੋਰ ਹੀਰੇ ਨੇ ਜਿਨ੍ਹਾਂ ਦਾ ਨਾਂ ਅਮਿਤ ਰਤਨ ਕੋਟਫੱਤਾ, ਬਠਿੰਡਾ ਰੂਰਲ ਦੇ ਇਹ MLA ਆ। ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਫੜ ਲਿਆ ਗਿਆ ਸੀ ਕਿਉਂਕਿ ਇਹ ਰਿਸ਼ਵਤ ਲੈ ਰਹੇ ਸੀ। 4 ਲੱਖ ਰੁਪਏ ਰਿਸ਼ਵਤ ਇਹਨਾਂ 'ਤੇ ਇਲਜ਼ਾਮ ਸੀ। ਹੁਣੇ ਪਿਛਲੇ ਦਿਨਾਂ ਦੇ ਵਿੱਚ ਮਈ ਦੇ ਮਹੀਨੇ ਦੇ ਵਿੱਚ ਹੀ ਇਹਨਾਂ ਨੂੰ ਜ਼ਮਾਨਤ ਮਿਲੀ ਆ। ਇਹ ਉਹ ਹੀਰੇ ਨੇ। ਅਗਲੇ ਇਹਨਾਂ ਦੇ ਹੀਰੇ ਨੇ ਲਾਲਚੰਦ ਕਟਾਰੂ ਚੱਕ। ਲਾਲਚੰਦ ਕਟਾਰੂ ਚੱਕ ਹਜੇ ਵੀ ਬਿਰਾਜਮਾਨ ਨੇ, ਕੈਬਨਿਟ ਮੰਤਰੀ ਨੇ। ਉਹਨਾਂ 'ਤੇ ਇਲਜ਼ਾਮ ਤਾਂ ਬੜੇ ਸੰਗੀਨ ਲੱਗੇ ਸੀ, ਦੋਸ਼ ਲੱਗੇ ਸੀ ਸੈਕਸੁਅਲ ਮਿਸਕੰਡਕਟ ਦੇ, ਲੇਕਿਨ ਆਖਿਰਕਾਰ ਪੰਜਾਬ ਪੁਲਿਸ ਨੇ ਇਹਨਾਂ ਦਾ ਕੰਮ ਕਰਤਾ। ਕਿਉਂਕਿ ਜਿਹੜੀ SIT ਬਣਾਈ ਸੀ ਨਰਿੰਦਰ ਭਾਰਗਵ ਦੀ, ਇਹਨਾਂ ਦਾ ਕੰਮ ਹੀ ਸੀ ਕਿ ਕੇਸ ਨੂੰ ਡਿਲੇ ਕਰੋ, ਡੈਲਿਊਟ ਕਰੋ, ਅਤੇ ਜਿਹੜਾ ਸ਼ਿਕਾਇਤ ਕਰਤਾ ਸੀ ਉਹ ਵੀ ਭੱਜ ਗਿਆ। ਮੇਰੀ ਬਲਕਿ ਪਿਛਲੇ ਦਿਨਾਂ ਦੇ ਵਿੱਚ ਵਿਜੇ ਕੁਮਾਰ ਸਾਂਪਲਾ ਨਾਲ ਗੱਲ ਵੀ ਹੋਈ, ਜਿਹੜੇ ਕਿ ਚੇਅਰਮੈਨ ਨੇ ਨੈਸ਼ਨਲ ਕਮਿਸ਼ਨ ਫੋਰ ਸ਼ਡਿਊਲ ਕਾਸਟ। ਉਹ ਕਹਿੰਦੇ ਜਦੋਂ ਹੁਣ ਸ਼ਿਕਾਇਤ ਕਰਤਾ ਹੀ ਭੱਜ ਗਿਆ, ਪਰ ਅਸੀਂ ਕਹਿੰਦੇ ਇਸ ਨੂੰ ਬੁਲਾਵਾਂਗੇ, ਅਸੀਂ ਇਹਦੇ ਬਿਆਨ ਸਾਡੇ ਸਾਹਮਣੇ ਕਰਾਵਾਂਗੇ, ਅਤੇ ਜੇ ਇਹਦੇ ਬਿਆਨ ਸਾਡੇ ਸਾਹਮਣੇ ਕਿਸੇ ਤਰ੍ਹਾਂ ਫਿਰ ਬਦਲ ਗਏ ਤਾਂ ਫਿਰ ਪੰਜਾਬ ਸਰਕਾਰ ਨੂੰ ਜ਼ਰੂਰ ਲਿਖਾਂਗੇ ਕਿ ਤੁਸੀਂ ਤਾਂ ਹੋ ਸਕਦਾ ਇਸ 'ਤੇ ਪ੍ਰੈਸ਼ਰ ਪਾਇਆ ਹੋਵੇ। ਅਤੇ ਜਿਹੜਾ ਅਖੀਰਲਾ ਮੈਂ ਜਿਹੜੀ ਗੱਲ ਕਰਨੀ ਹੈ, ਜਿਹੜੀ ਤੁਹਾਡੇ ਨਾਲ ਡਿਟੇਲ 'ਚ ਗੱਲ ਕਰਨੀ ਆ, ਉਹ ਗੱਲ ਕਰਨੀ ਹੈ ਸਰਬਜੀਤ ਕੌਰ ਮਾਣੂਕੇ ਦੀ। ਤੁਸੀਂ ਇੱਕ ਚੀਜ਼ ਹੋਰ ਦੇਖੋ ਕਿ ਇਹ ਜਿਹੜਾ ਪਰਿਵਾਰ ਆ, ਇਹਨਾਂ ਨੇ ਹੁਣ ਮੇਰੀ ਜਦੋਂ ਸਵੇਰੇ ਗੱਲ ਹੋਈ ਪਰਮਜੀਤ ਸਿੰਘ ਨਾਲ, ਪਰਮਜੀਤ ਸਿੰਘ ਹਜੇ ਵੀ ਕੈਨੇਡਾ ਦੇ ਵਿੱਚ ਆ, ਕਿਉਂਕਿ ਇੱਥੇ ਜਾਂ ਤਾਂ ਅਮਰਜੀਤ ਕੌਰ ਇਹਨਾਂ ਦੇ ਮਾਤਾ, 76 ਵਰਿਆਂ ਦੀ ਇਹਨਾਂ ਦੀ ਮਾਤਾ, ਉਹ ਠੀਕ, ਸਿਹਤ ਉਹਨਾਂ ਦੀ ਠੀਕ ਨਹੀਂ ਰਹਿੰਦੀ, ਉਹ ਆਏ ਹੋਏ ਨੇ, ਅਤੇ ਨਾਲੇ ਇਹਨਾਂ ਦੀ ਪਤਨੀ ਜਿਨ੍ਹਾਂ ਦਾ ਨਾਮ ਕੁਲਦੀਪ ਕੌਰ ਧਾਲੀਵਾਲਾ, ਉਹ ਇੱਥੇ ਆਏ ਹੋਏ ਆ ਔਰ ਅੱਜ ਚੰਡੀਗੜ੍ਹ ਦੇ ਵਿੱਚ ਨੇ, ਅਤੇ ਵਕੀਲ ਲੱਭਦੇ ਫਿਰਦੇ ਨੇ ਕਿ ਘੱਟੋ ਘੱਟ ਉਹਨਾਂ ਦਾ ਘਰ ਉਹਨਾਂ ਨੂੰ ਵਾਪਸ ਮਿਲ ਜੇ। ਸਰਕਾਰ ਨਹੀਂ ਕੋਈ ਮਦਦ ਕਰਦੀ, ਇਸ ਗੱਲ 'ਤੇ ਮੈਂ ਆਊਂਗਾ। ਹੁਣ ਪਰਮਜੀਤ ਕਹਿੰਦੇ, ਜਦੋਂ ਮੇਰੀ ਗੱਲ ਹੋਈ ਕਹਿੰਦੇ ਦੇਖੋ ਇਹ ਕਿੱਡਾ ਵੱਡਾ ਡਰਾਮਾ। ਇੱਕ NRI ਲੇਡੀ ਆਈ ਜਿਸ ਨੇ ਇਸ ਕੋਠੀ 'ਤੇ ਆਪਣਾ ਹੱਕ ਜਿਤਾਇਆ, ਇੱਕ ਡਿਸਪਿਊਟਡ ਪ੍ਰੋਪਰਟੀ ਹੋਣ ਦੇ ਨਾਤੇ, ਅਤੇ ਇੱਕ ਮੇਰਾ MLA ਹੋਣ ਦੇ ਨਾਤੇ, ਪੰਜਾਬ ਪ੍ਰਤੀ ਫਰਜ਼ ਹੋਣ ਦੇ ਨਾਤੇ, ਮੈਂ ਪ੍ਰੋਫੈਸਰ ਸੁਖਵਿੰਦਰ ਸਿੰਘ ਦੀ ਵਾਈਫ, ਜਿਨ੍ਹਾਂ ਦੇ ਨਾਮ 'ਤੇ ਐਗਰੀਮੈਂਟ ਆ, ਉਹਨਾਂ ਨੇ ਕਿਹਾ ਵੀ ਸਾਨੂੰ ਟਾਈਮ ਦਿਓ, ਕਿਉਂਕਿ ਤੁਸੀਂ ਸਾਰੇ ਜਾਣਕਾਰ ਹੋ, ਇੱਕ ਕੋਠੀ ਲੱਭਣ, ਇੱਕ ਕੋਠੀ ਸ਼ਿਫਟ ਕਰਨ ਦੇ ਵਿੱਚ ਘੱਟੋ ਘੱਟ 1 ਜਾਂ 2 ਮਹੀਨੇ ਦਾ ਪ੍ਰੋਸੈਸ ਹੁੰਦਾ। ਦੂਜੀ ਗੱਲ, ਮੈਂ ਜਦੋਂ ਮੈਂ ਦੇਖਿਆ ਵੀ ਮੇਰਾ ਫਰਜ਼ ਬਣਦਾ, ਮੈਂ ਇਸ ਕੋਠੀ ਤੋਂ ਪਰੇ ਹੋਵਾਂ, ਮੈਂ ਪਰੇ ਹੋ ਚੁੱਕੀ ਹਾਂ, ਮੈਂ ਚਾਬੀਆਂ ਜਿਹੜੇ ਮਾਲਕ ਤੋਂ ਲਈਆਂ ਸੀ ਉਸ ਨੂੰ ਫੜਾ ਚੁੱਕੀ ਹਾਂ, ਤੁਸੀਂ ਆਪਣਾ ਵੈਰੀਫਾਈ ਕਰ ਸਕਦੇ ਹੋ। ਉਹਨਾਂ ਨੇ ਕਹਿ ਦਿੱਤਾ ਕਿ ਮੈਂ ਘਰ ਖਾਲੀ ਕਰਕੇ, ਜਿੱਥੇ ਮੈਂ ਕਿਰਾਏਦਾਰ ਸੀ, ਮੇਰਾ ਪਰਿਵਾਰ ਕਿਰਾਏਦਾਰ ਸੀ, ਅਸੀਂ ਇੱਕ ਕਰਮ ਸਿੰਘ ਜੀ ਦੇ ਨਾਂ, ਕਰਮ ਸਿੰਘ ਨਾਂ ਦਾ ਜਿਹੜਾ ਵਿਅਕਤੀ ਜਿਹਦੇ ਤੋਂ ਅਸੀਂ ਇਹ ਘਰ ਕਿਰਾਏ 'ਤੇ ਲਿਆ ਸੀ, ਉਹਨਾਂ ਨੂੰ ਚਾਬੀਆਂ ਵਾਪਸ ਦੇ ਦਿੱਤੀਆਂ ਨੇ। ਮੈਂ ਸਮਝਦਾ ਇਹ ਬਹੁਤ ਵੱਡੇ ਪੈਮਾਨੇ ਦਾ ਇੱਕ ਧੋਖਾ ਹੋਇਆ। ਲੁਧਿਆਣੇ ਦੇ ਵਿੱਚ ਪਿਛਲੇ ਦਿਨੀ ਇੱਕ ਬਹੁਤ ਵੱਡੀ ਬੈਂਕ ਡਿਕੌਟੀ ਹੋਈ ਹੈ, ਜਿਹਦੇ ਵਿੱਚ 8.5 ਕਰੋੜ ਰੁਪਈਆ ਦਿਨ ਦਿਹਾੜੇ ਲੁੱਟਿਆ ਗਿਆ। ਮੈਂ ਸਮਝਦਾ NRI ਦੀ ਨਜ਼ਰਾਂ ਦੇ ਵਿੱਚ ਅਤੇ ਪੰਜਾਬੀਆਂ ਦੀਆਂ ਨਜ਼ਰਾਂ ਦੇ ਵਿੱਚ ਇਹ ਉਸ ਤੋਂ ਵੱਡੀ ਡਾਕਾ, ਇਹ ਡਾਕਾ।
ਕਹਿੰਦੇ ਇੱਕ ਪਾਸੇ ਤਾਂ ਚਾਬੀਆਂ ਦੇ ਰਹੇ ਨੇ, ਚਾਬੀਆਂ ਕਿਹਨਾਂ ਨੂੰ ਦੇ ਰਹੇ ਨੇ? ਆਪਣੇ ਹੀ ਖਾਸਮ ਖਾਸ ਨੂੰ, ਕਰਮ ਸਿੰਘ ਸਿੱਧੂ ਨੂੰ। ਕਹਿੰਦਾ ਉਹ ਤਾਂ ਇਹਨਾਂ ਦੇ ਬੰਦੇ ਆ, ਅਤੇ ਫਿਰ ਸਾਨੂੰ ਕਹਿੰਦਾ ਕੀ ਰਿਲੀਫ ਮਿਲਿਆ? ਸਾਨੂੰ ਤਾਂ ਕੋਈ ਰਾਹਤ ਮਿਲੀ ਨਹੀਂ, ਅਸੀਂ ਤਾਂ ਅੱਜ ਵੀ ਉਸੇ ਤਰ੍ਹਾਂ ਖੜ੍ਹੇ ਹਾਂ। ਅਤੇ ਜਿੰਨੇ ਸਿਗਨੇਚਰ ਆ, ਫਿਰ ਉਹਨਾਂ ਨੇ ਆਪਣੇ ਸਿਗਨੇਚਰ ਭੇਜੇ, ਅਤੇ ਜਿਹੜੇ ਸਿਗਨੇਚਰ ਇਹਨਾਂ ਨੇ ਰੈਂਟ ਐਗਰੀਮੈਂਟ 'ਤੇ ਦਿਖਾਏ ਆ, ਕਹਿੰਦੇ ਉਹ ਵੀ ਜਾਅਲੀ ਆ। ਜਿਹੜੇ ਸਿਗਨੇਚਰ ਇਹਨਾਂ ਨੇ ਮੁਖਤਾਰਨਾਮੇ 'ਤੇ ਇਹਨਾਂ ਦੀ ਮਾਤਾ ਯਾਨੀ ਕਿ ਅਮਰਜੋਤ ਕੌਰ ਦੇ ਕੀਤੇ ਆ, ਉਹ ਤੁਸੀਂ ਸਕਰੀਨ 'ਤੇ ਵੀ ਦੇਖ ਸਕਦੇ ਹੋ, ਉਹ ਵੀ ਜਾਅਲੀ ਆ। ਕਹਿੰਦੇ ਸਾਰਾ ਕੁਛ ਜਾਅਲੀ ਹੈ, ਬਲਕਿ ਇਹਨਾਂ 'ਤੇ ਤਾਂ ਫੋਰਜਰੀ ਦਾ ਕੇਸ ਹੋਣਾ ਚਾਹੀਦਾ ਸੀ। ਤੁਸੀਂ ਦੇਖੋ ਜਿਨ੍ਹਾਂ ਵਿਅਕਤੀਆਂ 'ਤੇ ਪਹਿਲਾਂ ਤਾਂ ਟ੍ਰੈਸਪਾਸਿੰਗ ਦਾ ਕੇਸ ਹੋਣਾ ਚਾਹੀਦਾ ਸੀ ਕਿ ਇਹ ਤਾਲੇ ਤੋੜ ਕੇ ਅੰਦਰ ਵੜੇ ਆ। ਉਹ ਕਹਿੰਦੇ ਪਰਮਜੀਤ ਸਿੰਘ ਗੱਲ ਕਹਿੰਦੇ ਆ, ਕਹਿੰਦੇ ਜੇ ਇਹਨਾਂ ਕੋਲ ਸੰਨ 2005 ਦੀ ਇਹਨਾਂ ਕੋਲ ਪਾਵਰ ਆਫ ਅਟੋਰਨੀ ਆ, ਤਾਂ ਫਿਰ ਇਹਨਾਂ ਨੇ ਹਜੇ ਤੱਕ ਰਜਿਸਟਰੀ ਕਿਉਂ ਨਹੀਂ ਕਰਵਾਈ? ਅਤੇ ਜੇ ਘਰ ਦੇ ਵਿੱਚ ਜਿਹੜੀ ਕੰਸਟਰਕਸ਼ਨ ਹੋਈ ਆ, ਕਹਿੰਦੇ ਉਹ ਕਿਹਨਾਂ ਨੇ ਕਰਾਈ ਆ? ਇਹ ਤਾਂ ਕੰਸਟਰਕਸ਼ਨ ਹੁਣ ਕਰਾਉਣ ਲੱਗੇ ਨੇ, ਉਸ ਬਾਰੇ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂੰਗਾ। ਹੁਣ ਤੁਸੀਂ ਦੇਖੋ ਜਦੋਂ ਮੁਖਤਾਰਨਾਮਾ ਜਾਂ ਇਹ ਸਾਰੇ ਕਾਗਜ਼ ਆ, ਉਹ ਕਹਿੰਦੇ ਦਰਅਸਲ ਇਹ ਮਾਮਲੇ ਨੂੰ ਡਿਲੇਅ ਇਸ ਕਰਕੇ ਕਰ ਰਹੇ ਸੀ ਤਾਂ ਕਿ ਝੂਠੇ ਕਾਗਜ਼ ਬਣਾਏ ਜਾ ਸਕਣ, ਅਤੇ ਇਸੇ ਕਰਕੇ ਉਹਨਾਂ ਨੇ ਸਾਨੂੰ ਇਹ ਸਾਰੇ ਕਾਗਜ਼ ਦਿਖਾਏ। ਉਸ ਤੋਂ ਬਾਅਦ ਤੁਸੀਂ ਦੇਖੋ ਪਰਮਜੀਤ ਸਿੰਘ ਜਾਂ ਉਹਨਾਂ ਦੀ ਮਾਤਾ ਅਮਰਜੀਤ ਸਿੰਘ ਦੇ ਸਿਗਨੇਚਰ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ ਇਹਨਾਂ ਦੇ ਝੂਠੇ ਸਿਗਨੇਚਰ ਜਾਂ ਜਿਹੜੇ ਸਿਗਨੇਚਰ ਮੇਲ ਨਹੀਂ ਖਾਂਦੇ। ਅਤੇ ਹੁਣ ਤੁਸੀਂ ਪੁਲਿਸ ਦਾ ਵੀ ਰੋਲ ਦੇਖੋ, ਜਗਰਾਓਂ ਪੁਲਿਸ ਦਾ, ਉੱਥੇ ਜਾਂਚ ਦਿੱਤੀ ਸੀ SPD ਨੇ, ਉੱਥੋਂ ਦੇ ਹਰਿੰਦਰਪਾਲ ਸਿੰਘ ਪਰਮਾਰ, ਇਹਨਾਂ ਨੂੰ ਜਾਂਚ ਦਿੱਤੀ ਸੀ। ਇਹ ਕਹਿੰਦੇ ਜੀ ਮੈਂ ਬੜੀ ਜਲਦੀ ਟਾਈਟਲ ਲੱਭ ਲੂੰਗਾ, ਇਹ ਲੱਭ ਲੂੰਗਾ ਕਿ ਇਸ ਘਰ ਦਾ ਅਸਲੀ ਮਾਲਕ ਕੌਣ ਆ। ਅੱਜ ਲੱਭਦੇ ਨੇ, ਡਿਲੇ ਹੋਈ ਜਾ ਰਿਹਾ। ਬਲਕਿ ਜਗਰਾਓਂ ਦੇ SSP ਨੇ, ਜਿਨ੍ਹਾਂ ਦਾ ਨਾਮ ਆ ਨਵਨੀਤ ਸਿੰਘ ਬੈਸ, ਤੁਸੀਂ ਦੇਖੋ ਇਹ ਕਿੰਨੇ ਸੰਵਿਧਾਨ ਦੀ ਸਹੁੰ ਚੱਕ ਕੇ ਅਫਸਰ ਆਉਂਦੇ ਨੇ, ਵਰਦੀਆਂ ਪਾਉਂਦੇ ਨੇ ਅਤੇ ਕਹਿੰਦੇ ਨੇ ਅਸੀਂ ਕਾਨੂੰਨ ਦੀ ਰੱਖਿਆ ਕਰਾਂਗੇ। ਪਰ ਜਦੋਂ ਕੋਈ MLA ਆਉਂਦਾ, ਕੋਈ ਸਰਕਾਰ ਆਉਂਦੀ ਹੈ, ਇਹ ਕਿਤੇ ਚਾਪਲੂਸ ਬਣ ਜਾਂਦੇ ਨੇ, ਚਾਪਲੂਸੀ ਕਰਕੇ ਆਪਣਾ ਜਿਹੜਾ ਅਸਲੀ ਫਰਜ਼ ਆ ਉਸ ਨੂੰ ਵੀ ਭੁੱਲ ਜਾਂਦੇ ਨੇ। ਤਾਂ ਕੀ ਇਹ ਹਜੇ ਤੱਕ ਕਿਸੇ ਟਾਈਟਲ ਨੂੰ ਜਾਂ ਇਸ ਘਰ ਦੇ ਟਾਈਟਲ ਨੂੰ ਇਹ ਐਸਟੈਬਲਿਸ਼ ਨਹੀਂ ਸੀ ਕਰ ਸਕਦੇ, ਇਹ ਸਾਬਿਤ ਨਹੀਂ ਸੀ ਕਰ ਸਕਦੇ ਕਿ ਅਸਲੀ ਮਾਲਕ ਕੌਣ ਆ? ਰੈਵਨਿਊ ਮਹਿਕਮੇ ਨੂੰ, ਤਹਿਸੀਲਦਾਰ ਨੂੰ ਬੁਲਾਓ, ਨੈਬ ਤਹਿਸੀਲਦਾਰ ਨੂੰ ਬੁਲਾਓ, ਪਟਵਾਰੀ ਨੂੰ ਬੁਲਾਓ, ਉਹਨਾਂ ਨੇ ਤਾਂ ਆਪਣੀ ਜਮ੍ਹਾਂਬੰਦੀ ਵੀ ਦਿਖਾਈ ਹੋਈ ਹੈ ਸੰਨ 2023 ਦੀ। ਇਸ ਤੋਂ ਪਤਾ ਲੱਗਦਾ ਕਿ ਇਹ ਲੋਕਾਂ ਨੂੰ ਕਿਸ ਤਰ੍ਹਾਂ ਬੇਵਕੂਫ ਬਣਾਉਂਦੇ ਨੇ। ਅਤੇ ਇੱਕ ਪਾਸੇ ਤੁਸੀਂ ਦੇਖੋ ਪੰਜਾਬ ਦੇ CM, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਿਹੜੇ ਕਹਿੰਦੇ ਅਸੀਂ ਰੰਗਲਾ ਪੰਜਾਬ ਬੁਲਾਉਣਾ, ਇੰਨੀ ਵੱਡੀ ਤੁਹਾਡੇ ਕੋਲ ਇਗਜ਼ਾਮਪਲ ਆਈ ਆ, ਉਦਾਹਰਨ ਆਈ ਆ, ਜਿੱਥੇ ਤੁਸੀਂ ਫੈਸਲਾ ਲੈ ਕੇ ਇੱਕ ਉਦਾਹਰਨ ਸੈੱਟ ਕਰ ਸਕਦੇ ਸੀ ਕਿ ਜੇ ਕੋਈ NRI ਪਰਿਵਾਰ ਦਾ ਘਰ ਨੱਪੇਗਾ ਔਰ ਤੁਹਾਡੇ ਆਪਣੇ MLA ਨੇ ਨੱਪ ਲਿਆ, ਤੁਸੀਂ ਉਹਨਾਂ ਦੇ ਖਿਲਾਫ਼ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਹੀ ਨਹੀਂ ਲਿਆ। ਬਲਕਿ ਇੱਕ ਵੀ ਸ਼ਬਦ, ਇੱਕ ਵੀ ਸਟੇਟਮੈਂਟ ਤੁਹਾਡੇ ਵੱਲੋਂ ਹਜੇ ਤੱਕ ਨਹੀਂ ਆਈ, ਇਸ ਗੱਲ ਦਾ ਲੋਕਾਂ ਨੂੰ ਦੁੱਖ ਆ। ਦੂਸਰੇ ਪਾਸੇ ਕੁਲਦੀਪ ਸਿੰਘ ਧਾਲੀਵਾਲ, ਇਹ ਮਹਿਕਮਾ NRI ਅਫੇਅਰਜ਼ ਕਿਹਦੇ ਕੋਲ ਆ? ਕੁਲਦੀਪ ਸਿੰਘ ਧਾਲੀਵਾਲ ਮੈਨੂੰ ਲੱਗਦਾ ਹਜੇ ਤੱਕ ਵੀ ਉਹ ਆਪਣਾ ਗਮ ਨਹੀਂ ਭੁਲਾ ਪਾਏ ਜਦੋਂ ਤੋਂ ਉਹਨਾਂ ਤੋਂ ਪੰਚਾਇਤੀ ਜਾਂ ਪੇਂਡੂ ਵਿਕਾਸ ਦਾ ਮਹਿਕਮਾ ਵਾਪਸ ਲੈ ਲਿਆ। ਤੁਸੀਂ ਕਹਿ ਰਹੇ ਹੋ ਕਿ ਤੁਸੀਂ NRI ਦੀ ਫੇਵਰ ਕਰਦੇ ਹੋ, ਤੁਸੀਂ ਸਾਡੀ ਹੈਲਪ ਕਰਦੇ ਹੋ, ਪਰ ਸਾਡੀ ਹੈਲਪ ਕਿੱਥੇ ਗਈ? ਇਹਨਾਂ ਦੇ ਕੋਈ ਮੈਂਬਰਸ ਨੇ, ਕਿਸੇ ਨੇ ਨਹੀਂ ਸਾਡੀ ਹੈਲਪ ਕੀਤੀ। ਸਾਨੂੰ ਸਿਰਫ ਇਹੀ ਦੱਸਿਆ ਗਿਆ ਵੀ ਤੁਸੀਂ ਕੱਲ੍ਹ ਨੂੰ ਆਇਓ, ਕੱਲ੍ਹ ਨੂੰ ਨਹੀਂ, ਅੱਜ ਨਹੀਂ ਕੁਛ ਬਣਿਆ, ਫਿਰ ਪਲੀਜ਼ ਕੱਲ੍ਹ ਨੂੰ ਆਇਓ, ਦੈਟਸ ਇਟ, ਨਥਿੰਗ ਐਲਸ। ਬਸ ਉਹ ਡਿਲੇ ਕਰਦੇ ਆ, ਹੁਣ ਉਹਨੇ ਆਪਣੀ ਪੇਪਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਨੂੰ ਇਹ ਗੱਲ ਤਾਂ ਪਤਾ ਲੱਗੀ ਆ ਕਿ ਕੁਲਦੀਪ ਸਿੰਘ ਧਾਲੀਵਾਲ ਸਰਬਜੀਤ ਕੌਰ ਮਾਣੂਕੇ ਦੀ ਇਸ ਹਰਕਤ ਤੋਂ ਬਹੁਤ ਦੁਖੀ ਨੇ, ਬਲਕਿ ਬਹੁਤ ਨਾਰਾਜ਼ ਨੇ। ਪ੍ਰਾਈਵੇਟਲੀ ਲੋਕਾਂ ਨੂੰ ਕਹਿੰਦੇ ਇਹ ਕੰਮ ਨਹੀਂ ਸੀ ਹੋਣਾ ਚਾਹੀਦਾ, ਅਤੇ ਤੁਸੀਂ ਹਜੇ ਤੱਕ ਇਸ ਕੇਸ ਦੇ ਸਾਰੇ ਕਾਗਜ਼ਾਤ ਕਿਉਂ ਨਹੀਂ ਮੰਗਾਏ? ਇਸ ਕੇਸ ਦੀ ਹਜੇ ਤੱਕ ਤੁਸੀਂ ਰਿਪੋਰਟ ਕਿਉਂ ਨਹੀਂ ਮੰਗਾਈ? ਅਤੇ ਜੇ ਤੁਹਾਨੂੰ ਚੰਗਾ ਹੀ ਨਹੀਂ ਲੱਗਦਾ ਕਿ ਤੁਹਾਡੇ ਤੋਂ ਦੋ ਮਹਿਕਮੇ ਵਾਪਸ ਲੈ ਲਏ ਆ, ਤਾਂ ਤੁਹਾਨੂੰ ਇਸ ਮਹਿਕਮੇ 'ਚ ਵੀ ਕੰਮ ਨਹੀਂ ਕਰਨਾ, ਤਾਂ ਰਿਜ਼ਾਈਨ ਕਰ ਦਿਉ। ਇਹ NRI ਅਫੇਅਰਸ ਦਾ ਤੁਸੀਂ ਮਹਿਕਮਾ ਰੱਖਿਆ ਕਿਉਂ ਹੋਇਆ? ਕੇਵਲ ਸਿਰਫ ਨਾਂ ਲਈ ਕਿ ਤੁਸੀਂ ਮੰਤਰੀ ਰਹੋ ਜੇ ਤੁਸੀਂ ਕੰਮ ਹੀ ਨਹੀਂ ਕਰਨਾ? ਇੱਥੋਂ ਪਤਾ ਲੱਗਦਾ। ਔਰ ਇਹਨਾਂ ਦੇ ਭਗਵੰਤ ਮਾਨ ਦੇ ਇੱਕ ਖਾਸਮ ਖਾਸ ਬਚਪਨ ਦੇ ਦੋਸਤ ਨੇ, OSD ਨੇ, ਆਫਿਸਰ ਔਨ ਸਪੈਸ਼ਲ ਡਿਊਟੀ, ਜਿਨ੍ਹਾਂ ਨੂੰ ਸ਼ੁਰੂ ਦੇ ਵਿੱਚ ਇਹ ਪਰਿਵਾਰ ਮਿਲਦਾ ਰਿਹਾ, ਮਨਜੀਤ ਸਿੰਘ ਸਿੱਧੂ ਦੀ ਮੈਂ ਗੱਲ ਕਰ ਰਿਹਾ, ਉਹਨਾਂ ਨੇ ਵੀ, ਬਲਕਿ ਇਹ ਤਿੰਨਾਂ ਜਣੇ ਦੇ ਮੈਂ ਨਾਂ ਲਿੱਤੇ ਆ, ਭਗਵੰਤ ਮਾਨ, ਕੁਲਦੀਪ ਸਿੰਘ ਧਾਲੀਵਾਲ ਅਤੇ ਮਨਜੀਤ ਸਿੰਘ ਸਿੱਧੂ, ਇਹਨਾਂ ਨੇ ਤਾਂ ਇਸ ਪਰਿਵਾਰ ਦੇ ਫੋਨ ਹੀ ਚੱਕਣੇ ਬੰਦ ਕਰਤੇ। ਅਤੇ ਆਹ ਜਿਹੜਾ ਇੰਸੀਡੈਂਟ ਹੋਇਆ ਸਾਡੇ ਸਤਿਕਾਰਯੋਗ ਬੀਬੀ ਅਮਰਜੀਤ ਕੌਰ ਜੀ ਦੀ ਪ੍ਰੋਪਰਟੀ ਦਾ, ਲੈਂਡ ਗ੍ਰੈਬ, ਲੈਂਡ ਮਾਫੀਆ,
ਇਹ ਪ੍ਰੋਪਰ ਪਲੈਨਡ ਤਰੀਕੇ ਨਾਲ ਹੋਇਆ, ਮਤ ਸਮਝਣਾ ਇਹਨਾਂ ਦੇ ਇਕੱਲਿਆਂ ਦੇ ਉੱਤੇ ਹਮਲਾ ਵਾ। ਇਹ NRI ਵੀਰਾਂ ਭੈਣਾਂ ਨੂੰ ਕਹਿਣਾ ਚਾਹੁੰਦਾ, ਤੁਹਾਡੇ ਸਭ ਲਈ ਚੁਣੌਤੀ ਆ, ਅਗਰ ਇਹਨਾਂ ਦੀ ਕੋਠੀ ਰਿਟਰੀਵ ਨਾ ਹੋਈ ਤਾਂ ਸਮਝ ਲੈਣਾ ਕਿ ਵਿਸ਼ਵ 'ਚ ਬੈਠੇ 60-70-80 ਲੱਖ NRI ਦੀ ਜੋ ਵੀ ਜਾਇਦਾਦ ਹੈ ਪੰਜਾਬ ਦੇ ਵਿੱਚ, ਉਹ ਤੁਹਾਨੂੰ ਮੁੜ ਕੇ ਮਿਲੇਗੀ ਨਹੀਂ। ਕਿਉਂਕਿ ਇਹਦੇ ਨਾਲੋਂ ਜ਼ਿਆਦਾ ਬਲੇਟੈਂਟ ਫੋਰਜਰੀ, ਫਰੋਡ, ਟ੍ਰੈਸਪਾਸ, ਟੈਂਪਰਿੰਗ ਵਿਦ ਡਾਕੂਮੈਂਟਸ ਹੋ ਹੀ ਨਹੀਂ ਸਕਦਾ। ਉਹ ਸਾਹਮਣੇ ਬੈਠੇ 77 ਸਾਲ ਦੇ ਬਜ਼ੁਰਗ ਮਸੀਹ ਤੁਰ ਕੇ ਅੰਦਰ ਆਏ ਨੇ ਵੋਕਰ ਦੇ ਨਾਲ, ਪੈਰ ਇਹਨਾਂ ਦੇ ਸੁੱਜੇ ਹੋਏ ਨੇ, ਇਹਨਾਂ ਨੂੰ ਕਈ ਤਰ੍ਹਾਂ ਦੇ ਮਲਟੀਪਲ ਵਿਚਾਰਿਆਂ ਦੇ ਹੈਲਥ ਇਸ਼ੂਜ਼ ਨੇ, ਲੇਕਿਨ ਇਹਨਾਂ ਨੂੰ ਆਪਣੀ ਪ੍ਰੋਪਰਟੀ ਬਚਾਉਣ ਵਾਸਤੇ ਹਜ਼ਾਰਾਂ ਮੀਲ ਕੈਨੇਡਾ ਤੋਂ ਇੱਥੇ ਆਉਣਾ ਪਿਆ ਵਾ। ਇਸ ਤਰ੍ਹਾਂ ਦੇ ਇਨਸਾਫ ਦੀ ਤਾਂ ਤੁਹਾਡੇ ਤੋਂ ਕਦੇ ਉਮੀਦ ਨਹੀਂ ਸੀ ਕੀਤੀ ਜਾਂਦੀ, ਘੱਟੋ ਘੱਟ ਲੱਗਦਾ ਸੀ ਕਿ ਤੁਸੀਂ ਇਨਸਾਫ ਦੇ ਲਈ ਖੜੋਂਗੇ। ਇਸੇ ਕਰਕੇ ਜਿਹੜਾ ਤੁਹਾਡਾ ਵਕਾਰ ਆ ਉਹ ਦਿਨੋ ਦਿਨ ਡਿੱਗ ਰਿਹਾ। ਇੱਥੋਂ ਪਤਾ ਲੱਗਦਾ ਕਿ ਤੁਸੀਂ ਕਿਸ ਤਰ੍ਹਾਂ ਸਿਰਫ ਅਤੇ ਸਿਰਫ ਜਿਹੜੇ ਤੁਹਾਨੂੰ ਮਾਮਲੇ ਸੂਟ ਕਰਦੇ ਨੇ ਉਸ 'ਤੇ ਤੁਸੀਂ ਬੋਲਦੇ ਹੋ, ਅਤੇ ਜਿਹੜੇ ਤੁਹਾਨੂੰ ਲੱਗਦਾ ਕਿ ਨਹੀਂ ਇਸ 'ਤੇ ਬੋਲਣਾ ਨਹੀਂ ਚਾਹੀਦਾ ਉਸ 'ਤੇ ਤੁਸੀਂ ਚੁੱਪ ਕਰ ਜਾਂਦੇ ਹੋ। ਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਭਲਵਾਨਾਂ ਦੀ ਗੱਲ ਆਉਂਦੀ ਆ, ਅੱਜ ਤੱਕ ਉਹਨਾਂ ਤੋਂ ਇੱਕ ਸਟੇਟਮੈਂਟ ਨਹੀਂ ਕਹੀ ਗਈ। ਅਮਿਤ ਸ਼ਾਹ ਭਾਰਤ ਦੇ ਗ੍ਰਹਿ ਮੰਤਰੀ ਤੋਂ ਸਟੇਟਮੈਂਟ ਨਹੀਂ ਕਹੀ ਗਈ, ਅਤੇ ਤੁਹਾਡੇ ਦੇ ਵਿੱਚ ਅਤੇ ਭਾਰਤ ਸਰਕਾਰ 'ਚ ਫਿਰ ਫਰਕ ਕੀ ਆ? ਅੱਗੇ ਆ ਜਾਓ, ਤੁਸੀਂ ਇੱਕ ਗੱਲ ਹੋਰ ਦੇਖੋ। ਪਰਮਜੀਤ ਸਿੰਘ ਨੇ ਬਲਕਿ ਮੈਨੂੰ ਇਹ ਵੀ ਦੱਸਿਆ, ਕਹਿੰਦੇ ਇਹ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾਵਾਂਗੇ, ਬਲਕਿ ਉਹਨਾਂ ਨੇ ਵੀਡੀਓਜ਼ ਵੀ ਤਿਆਰ ਕਰਵਾਈਆਂ ਨੇ ਕਿ ਪਿਛਲੇ 4-5 ਦਿਨ ਦੀਆਂ ਲੇਟੈਸਟ ਤਸਵੀਰਾਂ ਨੇ, ਇਸ ਘਰ ਦੀ ਕੰਸਟਰਕਸ਼ਨ ਕਰਵਾਈ ਜਾ ਰਹੀ ਸੀ। ਤੁਸੀਂ ਦੇਖੋ ਜਿਹੜਾ ਵਿਅਕਤੀ ਕਿਰਾਏ 'ਤੇ ਬੈਠਾ ਔਰ 6 ਮਹੀਨਿਆਂ ਲਈ ਕਿਰਾਏ 'ਤੇ ਬੈਠਾ, ਉਹ ਘਰ ਦੀ ਕੰਸਟਰਕਸ਼ਨ ਕਰਵਾਏਗਾ? ਅਤੇ ਉਹ ਪੁੱਛਦੇ ਨੇ, ਕਹਿੰਦੇ ਫਿਰ ਜਿਹੜੀ ਤੁਸੀਂ ਕੰਸਟਰਕਸ਼ਨ ਪਹਿਲਾਂ ਦੀ ਹੋਈ ਹੋਈ ਸੀ ਉਹ ਕਿਹਨੇ ਕਰਵਾਈ ਆ? ਉਹਨਾਂ ਨੇ ਬਲਕਿ ਦੱਸਿਆ, ਪਰਮਜੀਤ ਸਿੰਘ ਨੇ, ਕਹਿੰਦੇ ਲਾਸਟ ਟਾਈਮ ਉਹਨਾਂ ਦੇ ਮਾਤਾ ਅਮਰਜੀਤ ਕੌਰ ਇੱਥੇ ਆਏ ਸੀ ਸੰਨ 2020 ਦੇ ਵਿੱਚ, ਕਿਉਂਕਿ ਭਾਰਤ ਦੇ ਵਿੱਚ ਕੋਵਿਡ-19 ਵਾਇਰਸ ਦਾ ਫੈਲਾਅ ਉਸ ਵਕਤ ਬਹੁਤ ਸੀ। ਇਸ ਕਰਕੇ ਇਹਨਾਂ ਨੇ ਕੈਨੇਡਾ ਇਹਨਾਂ ਨੂੰ ਬੁਲਾ ਲਿਆ ਕਿ ਤੁਹਾਡਾ ਉੱਥੇ ਹੋ ਸਕਦਾ, ਕਿਉਂਕਿ ਤੁਹਾਡੀ ਥੋੜ੍ਹੀ ਉਮਰ ਬਜ਼ੁਰਗ ਆ, ਇੱਥੇ ਕਿਤੇ ਕੋਵਿਡ-19 ਵਾਇਰਸ ਦਾ ਕਿਤੇ ਪ੍ਰਭਾਵ ਤੁਹਾਡੇ 'ਤੇ ਨਾ ਹੋ ਜਾਵੇ, ਤੁਸੀਂ ਇੱਥੇ ਕੈਨੇਡਾ ਆ ਜਾਓ। ਕੈਨੇਡਾ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਉੱਥੇ ਜਾ ਕੇ ਉਹਨਾਂ ਦਾ ਗੋਡਿਆਂ ਦਾ ਆਪਰੇਸ਼ਨ ਹੋ ਜਾਂਦਾ, ਇਸ ਕਰਕੇ ਉਹ ਵਾਪਸ ਆ ਹੀ ਨਹੀਂ ਪਾਉਂਦੇ। ਅਤੇ ਜੇ ਕੋਈ ਘਰ ਤਾਲੇ ਲਾ ਕੇ ਚਲਾ ਜਾਵੇ, ਇਹ ਕੋਈ ਜੰਗਲ ਰਾਜ ਆ, ਇੱਥੇ ਕੋਈ ਬਨਾਨਾ ਰਿਪਬਲਿਕ ਆ ਕਿ ਤਾਲੇ ਲਾ ਕੇ ਗਿਆ ਹੋਇਆ ਕੋਈ ਆ ਨਹੀਂ ਰਿਹਾ, ਚੁੱਪਚਾਪ ਤਾਲੇ ਤੋੜੋ ਅਤੇ ਘਰ 'ਚ ਵੜ ਜਾਓ? ਇਹ ਕਿਸ ਤਰ੍ਹਾਂ ਦਾ ਅਕਸ ਤੁਸੀਂ ਸਾਰਿਆਂ ਸਾਹਮਣੇ ਪੇਸ਼ ਕਰ ਰਹੇ ਹੋ? ਕਿਸ ਤਰ੍ਹਾਂ ਦਾ ਤੁਹਾਡਾ ਜਿਹੜੀ ਇਮੇਜ ਆ ਉਹ ਪੂਰੀ ਦੁਨੀਆ ਦੇ ਵਿੱਚ ਜਾ ਰਹੀ ਹੈ, ਤੁਸੀਂ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ। ਕੇਵਲ ਚਾਬੀਆਂ ਉਹ ਵੀ ਉਸ ਵਿਅਕਤੀ ਨੂੰ ਫੜਾਉਣ ਦੇ ਨਾਲ ਤੁਹਾਡਾ ਕੰਮ ਨਹੀਂ ਇੱਥੇ ਪੂਰਾ ਸਰਦਾ। ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ, ਇਸ ਪਰਿਵਾਰ ਦੀ ਮਦਦ 'ਤੇ ਆਏ ਕੌਣ ਨੇ? ਇਸ ਪਰਿਵਾਰ ਦੀ ਮਦਦ 'ਤੇ ਕੁਛ ਕਿਸਾਨ ਜਥੇਬੰਦੀਆਂ ਆਈਆਂ ਨੇ, ਬਲਕਿ ਮੈਂ ਉਹਨਾਂ ਦਾ ਵੀਡੀਓ ਦੇਖ ਰਿਹਾ ਸੀ। ਉਹ ਚਾਹੇ ਬਲਰਾਜ ਸਿੰਘ ਕੋਟਮਰਾ ਹੋਣ, ਚਾਹੇ ਉਹ ਬੂਟਾ ਸਿੰਘ ਚੱਕਰ ਹੋਣ, ਚਾਹੇ ਉਹ ਅਵਤਾਰ ਸਿੰਘ ਰਸੂਲਪੁਰ ਹੋਣ, ਅਤੇ ਚਾਹੇ ਉਹ ਇੰਦਰਜੀਤ ਸਿੰਘ ਧਾਲੀਵਾਲ ਹੋਣ, ਇਹਨਾਂ ਨੂੰ ਮੈਂ ਵੀਡੀਓ ਦੇ ਵਿੱਚ ਦੇਖਿਆ ਅਤੇ ਇਹ ਪਰਿਵਾਰ ਦਾ ਬੜਾ ਖੁੱਲ੍ਹ ਕੇ ਸਾਥ ਦੇ ਰਹੇ ਨੇ। ਕਹਿੰਦੇ ਜੇ ਕੁਛ ਨਾ ਹੋਇਆ ਤਾਂ ਅਸੀਂ ਉਸ ਘਰ ਦੇ ਅੱਗੇ ਧਰਨਾ ਲਾਵਾਂਗੇ ਔਰ ਅਸੀਂ ਖੁਦ ਉਸ ਘਰ 'ਤੇ ਕਾਬਜ਼ ਹੋਵਾਂਗੇ। ਜਾਂ ਇਹਨਾਂ ਨੇ ਤਾਂ ਖੈਰ ਹੋਰ ਵੀ ਐਗਰੈਸਿਵ ਗੱਲਾਂ ਕੀਤੀਆਂ ਸੀ। ਖੈਰ, ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਨਹੀਂ ਲੈਣਾ ਚਾਹੀਦਾ, ਇਹ ਗੱਲ ਸਾਨੂੰ ਸਾਰਿਆਂ ਨੂੰ ਕਹਿਣੀ ਚਾਹੀਦੀ ਆ। ਪਰ ਤੁਸੀਂ ਦੇਖੋ ਲੋਕਾਂ ਦੇ ਵਿੱਚ ਕਿੰਨੀ ਮਾਯੂਸੀ ਹੈ, ਲੋਕਾਂ ਦੇ ਵਿੱਚ ਕਿੰਨਾ ਗੁੱਸਾ, ਕੀ ਇਹ ਸਰਕਾਰ ਉਸ ਗੁੱਸੇ ਨੂੰ ਸਮਝਦੀ ਆ? ਇੱਕ NRI ਪਰਿਵਾਰ ਨੂੰ ਤੁਸੀਂ ਤੰਗ ਕਰਕੇ ਉਹਨਾਂ ਨੂੰ ਦਰ ਦਰ ਦੀਆਂ ਠੋਕਰਾਂ ਖਵਾ ਕੇ ਕੀ ਤੁਹਾਨੂੰ ਬਹੁਤ ਖੁਸ਼ੀ ਮਿਲੇਗੀ? ਕੀ ਤੁਹਾਨੂੰ ਹੁਣ ਚੰਗਾ ਲੱਗੇਗਾ ਜਦੋਂ ਇੱਕ ਪਰਿਵਾਰ ਵਕੀਲ ਕਰਦਾ ਫਿਰਦਾ? ਕਿਉਂ ਨਹੀਂ ਤੁਸੀਂ ਉਹਨਾਂ ਨੂੰ ਬੁਲਾ ਕੇ ਜਾਂ ਇਹਨਾਂ ਸਾਰਿਆਂ ਨੂੰ ਬਿਠਾ ਕੇ ਐਮੀਕੇਬਲੀ ਇਸ ਕੇਸ ਨੂੰ ਰਿਜ਼ੋਲਵ ਕਰਦੇ, ਇਸ ਕੇਸ ਦਾ ਹੱਲ ਕਰਦੇ, ਤਾਂ ਕਿ ਉਹਨਾਂ ਨੂੰ ਮਾਨ ਸਨਮਾਨ ਦੇ ਨਾਲ ਚਾਬੀਆਂ ਦਿਓ, ਬਲਕਿ ਆਪਣੀ ਗਲਤੀ ਮੰਨੋ? ਸਰਬਜੀਤ ਕੌਰ ਮਾਣੂ ਕੇ ਨੂੰ ਤਾਂ ਖੁਦ ਮਾਫ਼ੀ ਮੰਗਣੀ ਚਾਹੀਦੀ ਆ ਕਿ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਿਸਲੀਡ ਕੀਤਾ ਗਿਆ, ਮੈਨੂੰ ਤਾਂ ਭਰਮਾਇਆ ਗਿਆ, ਮੈਨੂੰ ਤਾਂ ਇਹਨਾਂ ਨੇ ਚੰਗੀ ਤਰ੍ਹਾਂ ਗਾਈਡ ਨਹੀਂ ਕੀਤਾ। ਹੋ ਸਕਦਾ ਤੁਹਾਨੂੰ ਅਸੀਂ ਇਹ ਬੈਨੀਫਿਟ ਆਫ ਡਾਊਟ ਦਿੰਦੇ ਹਾਂ, ਪਰ ਜਿਸ ਤਰ੍ਹਾਂ ਦਾ ਤੁਸੀਂ ਰਵੱਈਆ ਕਰ ਰਹੇ ਹੋ, ਇਹ ਪੰਜਾਬ ਦੇ ਲੋਕਾਂ ਲਈ ਜਾਂ NRIs ਲਈ ਕੋਈ ਬਹੁਤ ਵਧੀਆ ਮੈਸੇਜ ਨਹੀਂ ਦੇ ਰਿਹਾ। ਮੈਨੂੰ ਪਤਾ ਤੁਸੀਂ ਸਾਰੇ ਬਹੁਤ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸੀ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਅੰਮ੍ਰਿਤਸਰ ਦੇ ਉਸ ਪਰਿਵਾਰ ਬਾਰੇ, ਜਿਸ ਦਾ ਰਣਜੀਤ ਐਵਨਿਊ ਦੇ ਵਿੱਚ ਹੌਪਰਸ ਬਾਰ ਐਂਡ ਰੈਸਟੋਰੈਂਟ ਸੀ, ਕਿਸ ਤਰ੍ਹਾਂ ਉਹ ਭੱਜਿਆ ਹੋਇਆ ਸੀ, ਅੰਮ੍ਰਿਤਸਰ ਦੀ ਪੁਲਿਸ ਨੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਠੀਕ ਵਿਵਹਾਰ ਨਹੀਂ ਕੀਤਾ, ਕਿਸ ਤਰ੍ਹਾਂ ਉਹਨਾਂ 'ਤੇ ਕੇਸ ਦਰਜ ਕਰਤੇ, ਔਰ ਇਕੱਲਾ ਉਹ ਪਰਿਵਾਰ
ਰਾਜਨਵੀਰ ਸਿੰਘ ਵੜੈਚ ਜਾਂ ਉਹਨਾਂ ਦਾ ਛੋਟਾ ਭਰਾ ਡਾਕਟਰ ਮਨਜੋਤ ਸਿੰਘ ਨਹੀਂ ਸੀ ਭੱਜੇ ਹੋਏ, ਉਹਨਾਂ ਦੀ ਮਾਤਾ ਸੀ, ਉਹਨਾਂ ਦੀ ਪਤਨੀ ਸੀ ਅਤੇ ਦੋ ਛੋਟੀਆਂ ਬੱਚੀਆਂ, ਇੱਕ 7 ਸਾਲ ਦੀ ਅਤੇ ਇੱਕ 2 ਸਾਲ ਦੀ, ਉਹ ਭੱਜੇ ਫਿਰਦੇ ਸੀ, ਪੁਲਿਸ ਦੇ ਡਰ ਤੋਂ ਭੱਜੇ ਹੋਏ ਸੀ। ਔਰ ਉਸੇ ਦਿਨ ਤੋਂ ਲਗਭਗ ਤੁਸੀਂ ਦੇਖੋ 18 ਦਿਨ ਹੋ ਗਏ ਆ ਉਹਨਾਂ ਦਾ ਜਿਹੜਾ ਬਾਰ ਐਂਡ ਰੈਸਟੋਰੈਂਟ ਆ ਉਹ ਬੰਦ ਪਿਆ, ਜਿਹੜਾ ਉਹਨਾਂ ਨੇ ਲੋਨ 'ਤੇ ਲੈ ਕੇ ਇਹ ਖੋਲ੍ਹਿਆ ਹੋਇਆ ਸੀ। ਕਿੰਨਾ ਉਹਨਾਂ ਨੂੰ ਜਿਹੜਾ ਮਾਲੀ ਨੁਕਸਾਨ ਹੋ ਰਿਹਾ, ਬਿਜ਼ਨਸ ਦਾ ਨੁਕਸਾਨ ਹੋ ਰਿਹਾ, ਉਹ ਤਾਂ ਇੱਕ ਗੱਲ ਆ, ਪਰ ਆਖਿਰਕਾਰ ਅਨਮੋਲ ਰਤਨ ਸਿੰਘ ਸਿੱਧੂ, ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ, ਉਹਨਾਂ ਨਾਲ ਮੇਰੀ ਗੱਲ ਹੋਈ, ਕਿਉਂਕਿ ਉਹ ਇਹਨਾਂ ਰਾਜਨਵੀਰ ਸਿੰਘ ਵੜੈਚ ਅਤੇ ਇਹ ਡਾਕਟਰ ਮਨਜੋਤ ਸਿੰਘ ਦੇ ਵਕੀਲ ਵੀ ਨੇ। ਅਤੇ ਉਹਨਾਂ ਨੇ ਦੱਸਿਆ ਕਿ ਜਸਟਿਸ ਵਿਨੋਦ ਭਾਰਦਵਾਜ ਦੀ ਕੋਰਟ ਦੇ ਵਿੱਚ ਇਹ ਕੇਸ ਲੱਗਾ ਸੀ, ਯਾਨੀ ਕਿ ਇਹਨਾਂ ਦੀ ਜ਼ਮਾਨਤ ਦਾ ਕੇਸ ਲੱਗਾ ਸੀ। ਅਤੇ ਉਹਨਾਂ ਨੇ ਹੁਣ ਅੰਤਰਿਮ ਰਿਲੀਫ ਯਾਨੀ ਕਿ ਇੰਟਰਿਮ ਰਿਲੀਫ, ਆਰਜ਼ੀ ਤੌਰ 'ਤੇ ਇਹਨਾਂ ਨੂੰ ਰਾਹਤ ਦੇ ਦਿੱਤੀ ਆ 20 ਸਤੰਬਰ ਤੱਕ। ਪਰ ਨਾਲ ਹੀ ਉਹਨਾਂ ਨੇ ਮੈਨੂੰ ਇੱਕ ਗੱਲ ਹੋਰ ਦੱਸੀ ਕਿ ਇਹਨਾਂ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਨੀ ਪਊਗੀ, ਯਾਨੀ ਕਿ ਇਹ ਪੁਲਿਸ ਦੇ ਵਿੱਚ ਜਾਂਚ ਦੇ ਵਿੱਚ ਸ਼ਾਮਿਲ ਹੋਣਗੇ ਅਤੇ ਉੱਥੇ ਆਪਣਾ ਪੱਖ ਰੱਖਣਗੇ। ਇਸ ਦੌਰਾਨ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਹੋਊਗੀ, ਇਹ ਵੀ ਗੱਲ ਹੋਈ ਹੈ। ਪਰ ਨਾਲ ਹੀ ਉਹਨਾਂ ਨੇ, ਅਨਮੋਲ ਰਤਨ ਸਿੰਘ ਸਿੱਧੂ ਨੇ ਸਾਨੂੰ ਇਹ ਵੀ ਦੱਸਿਆ ਕਿ ਇਹਦਾ ਜਿਹੜਾ ਡਿਟੇਲਡ ਆਰਡਰ ਆ, ਪੂਰਾ ਆਰਡਰ ਆ, ਉਹ ਹਜੇ ਤੱਕ ਆਇਆ ਨਹੀਂ ਹੈ। ਜਿਸ ਤਰ੍ਹਾਂ ਹੀ ਉਹ ਆਰਡਰ ਆਏਗਾ ਜਾਂ ਅਪਲੋਡ ਹੋਏਗਾ, ਉਹ ਸਾਨੂੰ ਭੇਜਣਗੇ। ਫਿਰ ਜੋ ਉਸ ਆਰਡਰ ਦੇ ਵਿੱਚ ਪੂਰੀ ਡਿਟੇਲ ਹੋਊਗੀ ਉਹ ਵੀ ਮੈਂ ਤੁਹਾਨੂੰ ਸਾਂਝੀ ਕਰੂੰਗਾ। ਪਿਛਲੇ ਦਿਨਾਂ ਦੇ ਵਿੱਚ ਇਸ ਪਰਿਵਾਰ ਨੇ ਇੱਕ ਹੋਰ ਐਪਲੀਕੇਸ਼ਨ ਲਾਈ ਸੀ ਹਾਈ ਕੋਰਟ ਦੇ ਵਿੱਚ, ਜਿਸ ਵਿੱਚ ਇਹਨਾਂ ਨੇ ਕਿਹਾ ਸੀ ਕਿ ਜਿਹੜੇ ਸਾਡੇ 'ਤੇ ਕੇਸ ਕੀਤੇ ਗਏ ਨੇ, ਦਰਜ ਕੀਤੇ ਨੇ, ਉਹਨਾਂ ਨੂੰ ਖਾਰਜ ਕਰੋ, ਉਹਨਾਂ ਨੂੰ ਕੁਐਸ਼ ਕਰੋ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਣ ਉਸ ਦੀ 6 ਜੁਲਾਈ ਤਰੀਕ ਪਾਈ ਆ ਕੀ ਕੁਐਸ਼ ਹੋਣਗੇ, ਕਿਉਂਕਿ ਉਹਨਾਂ ਨੇ ਸਰਕਾਰ ਨੂੰ, ਪੁਲਿਸ ਨੂੰ ਵੀ ਨੋਟਿਸ ਕੱਢਿਆ ਕਿ ਉਹ ਵੀ ਇਸ ਦੇ ਵਿੱਚ ਆਪਣਾ ਜਵਾਬ ਦੇਣ। ਇੱਥੇ ਕੱਲ੍ਹ ਮੈਂ ਤੁਹਾਨੂੰ ਇੱਕ ਹੋਰ ਵੀ ਦੱਸਦਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਇਹਨਾਂ ਨੂੰ ਰਿਲੀਫ ਮਿਲਿਆ, ਪਰ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦਾ ਲੋਅਰ ਕੋਰਟ ਯਾਨੀ ਕਿ ਅੰਮ੍ਰਿਤਸਰ ਕੋਰਟ ਦੇ ਵਿੱਚ ਵੀ ਇਹਨਾਂ ਦੀ ਬੇਲ ਦੀ ਐਪਲੀਕੇਸ਼ਨ ਲੱਗੀ ਸੀ, ਪਰ ਉੱਥੇ ਇਹਨਾਂ ਦੀ ਬੇਲ ਦੀ ਐਪਲੀਕੇਸ਼ਨ ਖਾਰਿਜ ਹੋ ਗਈ ਸੀ। ਇਸੇ ਕਰਕੇ ਇਹਨਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਅਤੇ ਇੱਥੇ ਇਹਨਾਂ ਨੂੰ ਹੁਣ ਆਰਜ਼ੀ ਤੌਰ 'ਤੇ ਰਿਲੀਫ ਮਿਲਿਆ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।